ਗੱਤਹਾ ਜੀ ਸਾਰਿਆਂ ਦਾ ਪੁਰਤਗਾਲ ਦੀਆਂ ਖਬਰਾਂ ਵਿੱਚ ਅੱਜ ਆਪਾਂ ਗੱਲ ਕਰਾਂਗੇ ਕੁਝ ਖਾਸ-ਖਾਸ ਖਬਰਾਂ ਬਾਰੇ ਪਹਿਲਾਂ ਗੱਲ ਕਰਦੇ ਹਾਂ ਸੈਫ ਬਾਰੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸੈਫ ਨੇ 22 ਮਈ ਨੂੰ ਖਤਮ ਹੋ ਜਾਣਾ ਸੀ ਪਰ ਹੁਣ ਇਸ ਉੱਪਰ ਰੋਕ ਲਗਾ ਦਿੱਤੀ ਗਈ ਹੈ ਸਰਕਾਰ ਵੱਲੋਂ ਇਸ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਜੀਐਨਆਰ ਅਤੇ ਪੁਲਿਸ ਨੂੰ ਜੋਸੈਫ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਸੀ ਉਹ ਅਜੇ ਤੱਕ ਪੂਰੀ ਨਹੀਂ ਹੋਈ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਜੀਐਨਆਰ ਅਜੇ ਤੱਕ ਸੈਫ ਦਾ ਕੰਮਕਾਰ ਸਾਂਭਣ ਦੇ ਯੋਗ ਨਹੀਂ ਹੈ ਪਰ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਦੁਬਾਰਾ ਸੈਫ ਕਦੋਂ ਖਤਮ ਹੋਵੇਗੀ ਹੋਵੇਗੀ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਦੌਰਾਨ ਸੈਫ ਵੱਲੋਂ ਪੁਰਤਗਾਲ ਦੇ ਰਾਸ਼ਟਰਪਤੀ ਨੂੰ ਚਿੱਠੀ ਦਿੱਤੀ ਗਈ ਅਤੇ ਮੰਗ ਕੀਤੀ ਗਈ ਹੈ ਕਿ ਸੈਫ ਨੂੰ ਨਾ ਖਤਮ ਕੀਤਾ ਜਾਵੇ ਪਰ ਰਾਸ਼ਟਰਪਤੀ ਵੱਲੋਂ ਇਸ ਬਾਰੇ ਅਜੇ ਕੋਈ ਜਵਾਬ ਨਹੀਂ ਆਇਆ ਪੁਰਤਗਾਲ ਦਾ ਸਿਕਿਉਰਟੀ ਵਿਭਾਗ ਅਤੇ ਸੈਫ ਪਹਿਲਾਂ ਨਾਲੋਂ ਜ਼ਿਆਦਾ ਅਲਰਟ ਨਜ਼ਰ ਆ ਰਹੇ ਹਨ ਪਿਛਲੇ ਹਫ਼ਤਿਆਂ ਦੌਰਾਨ ਏਅਰਪੋਰਟਾਂ ਤੇ ਵੀ ਨਕਲੀ ਡਾਕੂਮੈਂਟਸ ਨਾਲ ਬੰਦੇ ਫੜੇ ਗਏ ਹਨ ਅਤੇ ਸਪੇਨ ਵਾਲੇ ਬਾਰਡਰ ਤੇ ਵੀ ਬਹੁਤ ਚੈਕਿੰਗ ਹੋ ਰਹੀ ਹੈ ਪਿਛਲੇ ਦਿਨੀ ਉਦੀ ਮੀਰਾ ਕਈ ਖੇਤੀਬਾੜੀ ਕੰਪਨੀਆਂ ਵਿੱਚ ਜਾ ਕੇ ਕੰਮ ਕਰਨ ਵਾਲਿਆਂ ਨੂੰ ਸੈਫ ਵੱਲੋਂ ਚੈੱਕ ਕੀਤਾ ਗਿਆ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਕਾਗਜ਼ ਪੱਤਰ ਪੂਰੇ ਰੱਖੋ ਅਤੇ ਕਿਸੇ ਵੀ ਇਨਲੀਗਲ ਕੰਮ ਤੋਂ ਬਚੋ ਜੇ ਲਿਸਬਨ ਦੀ ਗੱਲ ਕਰੀਏ ਤਾਂ ਲਿਸਬਨ ਵਿੱਚ ਡਰਾਈਵਿੰਗ ਰੂਲਸ ਬਦਲ ਦਿੱਤੇ ਗਏ ਹਨ ਹੁਣ ਲਿਸਬਨ ਵਿੱਚ ਪਹਿਲਾਂ ਨਾਲੋਂ ਕਾਰ ਸਪੀਡ 10 ਕਿਲੋਮੀਟਰ ਪ੍ਰਤੀ ਆਵਰ ਹੋਵੇਗੀ ਉਦਾਹਰਨ ਲਈ ਜਿਵੇਂ ਕਿ ਲਿਸਬਨ ਦੀਆਂ ਜਿਹੜੀਆਂ ਸੜਕਾਂ ਜਾਂ ਗਲੀਆਂ ਵਿੱਚ ਪਹਿਲਾਂ ਆਪਾਂ ਗੱਡੀ 30 ਦੀ ਸਪੀਡ ਤੇ ਚਲਾਉਂਦੇ ਸੀ ਹੁਣ ਉਥੇ 20 ਦੀ ਸਪੀਡ ਤੇ ਗੱਡੀ ਚਲਾਉਣੀ ਹੋਵੇਗੀ ਅਵਨੀਦਾ ਦਾ ਲਿਬਰਦਾਦ ਨਾਮ ਦੀ ਸੜਕ ਤੇ ਰੂਸਿਓ ਅਤੇ ਪੁਰਤਗਾਲ ਦੀ ਕਿਸੇ ਵੀ ਸਰਕਾਰੀ ਛੁੱਟੀ ਵਾਲੇ ਦਿਨ ਗੱਡੀ ਨਹੀਂ ਚਲਾ ਸਕਦੇ ਇਹ ਸੜਕ ਮਰਕਿਸ਼ ਬਵਾਲ ਤੋਂ ਰੂਸਿਓਵਾਲ ਨੂੰ ਜਾਂਦੀ ਹੈ ਇਹ ਫੈਸਲਾ ਲਿਸਬਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਰਕੇ ਲਿਆ ਗਿਆ ਹੈ ਲੋਕਾਂ ਨੂੰ ਵੱਧ ਤੋਂ ਵੱਧ ਲਿਸਬਨ ਵਿੱਚ ਪਬਲਿਕ ਟਰਾਂਸਪੋਰਟ ਵਰਤਣ ਜਾਂ ਪੈਦਲ ਚੱਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਕੁਝ ਵੀਰ ਅਕਸਰ ਕਮੈਂਟਾਂ ਵਿੱਚ ਇਹ ਗੱਲ ਪੁੱਛਦੇ ਹਨ ਕਿ ਦੂਜੇ ਦੇਸ਼ਾਂ ਦਾ ਵਰਕ ਪਰਮਟ ਪੁਰਤਗਾਲ ਵਿੱਚ ਬਦਲ ਜਾਂਦਾ ਹੈ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਹੋਰ ਦੇਸ਼ ਦਾ ਵਰਕ ਪਰਮਟ ਪੁਰਤਗਾਲ ਵਿੱਚ ਚੇਂਜ ਨਹੀਂ ਹੁੰਦਾ ਅਤੇ ਨਾ ਹੀ 2-3 ਮਹੀਨਿਆਂ ਵਿੱਚ ਪੁਰਤਗਾਲ ਦਾ ਰੈਜ਼ੀਡੈਂਸੀ ਕਾਰਡ ਮਿਲਦਾ ਹੈ ਜੇਕਰ ਤੁਹਾਡੇ ਕੋਲ ਮਾਲਟਾ ਜਾਂ ਕਿਤੇ ਹੋਰ ਜਗ੍ਹਾ ਦਾ ਵਰਕ ਪਰਮਟ ਹੈ ਤਾਂ ਯਾਦ ਰੱਖੋ ਕਿ ਤੁਹਾਨੂੰ ਪੁਰਤਗਾਲ ਦੇ ਪੇਪਰ ਉਦਾਂ ਹੀ ਮਿਲਣਗੇ ਜਿਵੇਂ ਦੂਜਿਆਂ ਨੂੰ ਮਿਲਦੇ ਹਨ ਕਿਰਪਾ ਕਰਕੇ YouTube ਵਾਲੀਆਂ ਵੀਡੀਓ ਤੋਂ ਬਚ ਕੇ ਰਹੋ ਜਲਦੀ ਹੀ ਇਸ ਬਾਰੇ ਡਿਟੇਲ ਵਿੱਚ ਵੀਡੀਓ ਬਣਾਵਾਂਗੇ ਲੰਮੇ ਸਮੇਂ ਬਾਅਦ ਕੋਵਿਡ ਦੀਆਂ ਪਾਬੰਦੀਆਂ ਹਟਣ ਤੋਂ ਬਾਅਦ ਜੇਕਰ ਆਪਾਂ ਡਾਟਿਆਂ ਤੇ ਨਜ਼ਰ ਮਾਰੀਏ ਤਾਂ ਇਸ ਸਾਲ ਪੁਰਤਗਾਲ ਵਿੱਚ ਟੂਰਿਸਟ ਮਾਰਕੀਟ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਬਹੁਤ ਸਾਰੇ ਦੂਸਰੇ ਦੇਸ਼ਾਂ ਦੇ ਲੋਕਾਂ ਵੱਲੋਂ ਪੁਰਤਗਾਲ ਵਿੱਚ ਵੱਡੇ ਪੱਧਰ ਤੇ ਹੋਟਲ ਬੁੱਕ ਕੀਤੇ ਜਾ ਰਹੇ ਹਨ ਸੋ ਪੁਰਤਗਾਲ ਵਿੱਚ ਰਹਿਣ ਵਾਲੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਕੰਮ ਦੀ ਟਰਾਈ ਜ਼ਰੂਰ ਕਰੋ ਹੋਟਲਾਂ ਵਾਲੇ ਅਕਸਰ CV ਵਾਲਾ ਪੇਪਰ ਮੰਗਦੇ ਹਨ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ ਲਿਸਬਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਹ ਪੇਪਰ 10 20 ਯੂਰੋ ਲੈ ਕੇ ਬਣਾ ਦਿੰਦੇ ਹਨ ਜੇ ਆਪਾਂ ਮੇਲ ਅਪਡੇਟ ਦੀ ਗੱਲ ਕਰੀਏ ਤਾਂ ਮੇਲ ਦੀ ਸਪੀਡ ਬਹੁਤ ਘੱਟ ਹੈ ਹਫਤਾ ਖਤਮ ਹੁੰਦੇ ਤੱਕ ਮੇਲ ਅਪਡੇਟ 1 10 2020 ਦੀ ਹੈ ਸੈਫ ਨੇ 1 ਮਹੀਨੇ ਦੀਆਂ ਮੇਲਾਂ ਕੱਢਣ ਲਈ 2 ਮਹੀਨੇ ਦਾ ਟਾਈਮ ਲਗਾਇਆ ਹੈ ਜੇਕਰ ਤੁਸੀਂ ਸਾਡੇ ਰੇਡਵੇ ਟਾਕ ਪ੍ਰੋਗਰਾਮ ਰਾਹੀਂ ਆਪਣੀ ਕੋਈ ਵੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਫੇਸਬੁੱਕ ਤੇ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ ਪੰਜਾਬੀ ਬੋਲੀ ਜਿੰਦਾਬਾਦ ਚੈਨਲ ਤੇ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਹੋਰਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ